ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਸਾਡੇ ਆਨਲਾਈਨ ਚੈਨਲ BEH ਕਲਾਸਿਸ ਤੇ ਆਪਾਂ ਅੱਜ ਸਟਾਰਟ ਕਰ ਰਹੇ ਹਾਂ ਪੰਜਾਬ ਹਾਰਟੀਕਲਚਰ ਕਿ ਜਿਸ ਸਾਟ ਕਰੇ ਪੰਜਾਬ ਹਾਰਟੀਕਲਚਰ ਸੁਪਰਵਾਈਜ਼ਰ ਦੀ ਜਿਹੜੀ ਵੈਕੈਂਸੀ ਆਈ ਹੈ ਉਸ ਵਾਸਤੇ ਮੋਸਟ ਇੰਪੋਰਟੈਂਟ MCQ ਕੁਐਸਚਨਸ ਠੀਕ ਹੈ ਤੁਹਾਨੂੰ ਇਸ ਵੈਕੈਂਸੀ ਦੇ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਹੈ ਉਹ एमसीक्यू ਵਿਦ অপਸ਼ਨਸ ਤੁਹਾਨੂੰ ਮਿਲਣਗੇ ਅੱਜ ਆਪਣੀ ਪਹਿਲੀ ਕਲਾਸ ਹੈ ਇਸ ਵਿੱਚ ਤੇ ਇਸ ਵਾਸਤੇ ਤੁਹਾਨੂੰ ਆਨਲਾਈਨ ਰਿਕਾਰਡਡ ਬੈਚ ਵੀ ਮਿਲ ਜਾਏਗਾ ਅਗਰ ਤੁਸੀਂ ਪੰਜਾਬ ਹਾਰਟੀਕਲਚਰ ਸੁਪਰਵਾਈਜ਼ਰ ਦਾ ਆਨਲਾਈਨ ਰਿਕਾਰਡਡ ਬੈਚ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਸਿਲੇਬਸ ਵਾਈਜ਼ ਬੁੱਕਸ ਵੀ ਮਿਲ ਜਾਣਗੀਆਂ ਜਿੰਦੇ ਵਿੱਚੇ অপਸ਼ਨ ਵਾਲੇ ਕੁਐਸਚਨਸ ਦਿੱਤੇ ਹੋਣਗੇ ਤਾਂ ਅਗਰ ਤੁਸੀਂ ਬੁੱਕਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਤੇ 75975 triple 0 75 ਤੇ ਫੋਨ ਕਰ ਸਕਦੇ ਹੋ ਤੇ ਤੁਸੀਂ ਆਪਣੀ ਬੁੱਕਸ ਮੰਗਵਾ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਿਲੇਬਸ ਵਾਈਜ਼ ਕੁਐਸਚਨਸ ਮਿਲਣਗੇ ਇਸ ਤੋਂ ਇਲਾਵਾ ਜਿਹੜੇ ਵੀ ਤੁਹਾਡੇ ਫਰੈਂਡਸ ਹੈ ਅਗਰ ਉਹ ਕਿਸੇ ਵੀ ਬੈਂਕ SSC ਰੇਲਵੇ ਡਿਫੈਂਸ ਜਾਂ કોર ਵੀ કોઈ ਵੀ તૈયારી ਕਰ ਰਿਹਾ ਹੈ ਤੇ ਅਗਰ ਉਹ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੈ ਤਾਂ ਸਾਡੀ ਔਨਲਾਈਨ ਵੈਬਸਾਈਟ www.testmafia.in ਤੇ ਜਾ ਕੇ ਟੈਸਟ ਪਰਚੇਸ ਕਰ ਸਕਦੇ ਹਨ ਬਹੁਤ ਅੱਛਾ ਆਫਰ ਚੱਲ ਰਿਹਾ ਹੈ ਸਾਡੀ ਵੈਬਸਾਈਟ ਤੇ ਤੁਹਾਨੂੰ 900 ਫਲੈਟ 900 ਰੁਪੀ ਫਲੈਟ ਤੁਹਾਨੂੰ ਆਫ ਮਿਲ ਜੇਗਾ ਜਿਹੜਾ ਟੈਸਟ 999 ਦਾ ਹੈ ਉਹ ਤੁਹਾਨੂੰ 900 ਰੁਪਏ ਆਫ ਯਾਨੀ ਸਿਰਫ ਔਰ ਸਿਰਫ 99 ਰੁਪੀ 99 ਰੁਪਏ ਤੁਹਾਨੂੰ ਤੁਹਾਡਾ ਇਹ ਜਸ ਤੁਸੀਂ ਪਰਚੇਸ ਕਰ ਸਕਦੇ ਹੋ ਤਾਂ ਜਿਹੜੇ ਵੀ ਤੁਹਾਡੇ ਫਰੈਂਡਸ ਹੈ ਜਿਹੜੇ ਵੀ ਤੁਹਾਡੇ ਜਾਣਕਾਰ ਹੈ ਉਹਨਾਂ ਨੂੰ ਜਰੂਰ ਸ਼ੇਅਰ ਕਰੋ ਕਿ www.testmafia.in ਤੇ ਜਾ ਕੇ ਟੈਸਟ ਪਰਚੇਸ ਕਰ ਲੈਣ ਤੇ ਇਸ ਕਲਾਸ ਦੀ ਜਿਹੜੀ ਪੀਡੀਐਫ ਫਾਈਲ ਹੈ ਉਹ ਵੀ ਤੁਹਾਨੂੰ ਸਾਡੀ ਵੈਬਸਾਈਟ ਤੇ ਮਿਲ ਜਾਏਗੀ ਤਾਂ ਅਗਰ ਤੁਸੀਂ ਪੀਡੀਐਫ ਫਾਈਲ ਡਾਊਨਲੋਡ ਕਰਨਾ ਚਾਹੁੰਦੇ ਹੋ ਇਹ ਸਾਰੇ ਕੁਸ਼ਨਾ ਦੀ ਤਾਂ ਤੁਸੀਂ ਸਾਡੀ ਆਨਲਾਈਨ ਵੈਬਸਾਈਟ www.testmafia.in ਤੇ ਜਾ ਕੇ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਚਲੋ ਹੁਣ ਤੁਹਾਡਾ ਬਹੁਤਾ ਟਾਈਮ ਹੀ ਲੈਂਦੇ ਤੇ ਅਸੀਂ ਕਲਾਸ ਸਟਾਰਟ ਕਰਦੇ ਹਾਂ ਚਲੋ ਪਹਿਲਾ ਕੁਸ਼ਣ ਹੈ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ ਹੈ ਇਹਨਾਂ ਵਿੱਚੋਂ ਕਿਹੜੀ 2 ਸਾਲਾਂ ਫਸਲ ਨਹੀਂ ਹੈ ਵਿਚ ਵਨ ਅਮੰਗ ਥੀਸ ਇਜ਼ ਨੋਟ ਅ ਬਾਈ ਐਨੀਅਲ ਕ੍ਰੋਪ ਹੁਣ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਐਨੀਅਲ ਕ੍ਰੋਪ ਕਿਹੜੀ ਹੁੰਦੀ ਹੈ ਇਹੋ ਜੀ ਕ੍ਰੋਪ ਜਿਹੜੀ 2 ਸਾਲਾਂ ਵਿੱਚ ਇੱਕ ਵਾਰ ਹੁੰਦੀ ਹੈ ਕਿਹੜੀ ਕ੍ਰੋਪ ਜਿਹੜੀ 2 ਸਾਲਾਂ ਵਿੱਚ ਇੱਕ ਵਾਰ ਹੁੰਦੀ ਹੈ ਯਾਨੀ ਜਿਸ ਫਸਲ ਨੂੰ ਬਨਣ ਵਿੱਚ 2 ਸਾਲ ਲੱਗ ਜਾਂਦੇ ਹਨ ਤਾਂ ਉਹ ਇਹਨਾਂ ਵਿੱਚੋਂ ਕਿਹੜੀ ਫਸਲ ਹੈ ਜੋ 2 ਸਾਲਾਂ ਫਸਲ ਨਹੀਂ ਹੈ ਤਾਂ ਤੁਹਾਡਾ ਆਪਸ਼ਨ ਹੋਏਗਾ 슈ગર ਕੇਨ ਜਿਹੜੀ 슈ગર ਕੇਨ ਹੈ ਉਹ 2 ਸਾਲਾਂ ਫਸਲ ਨਹੀਂ ਹੈ 슈ગર ਬੀਟ ਬੀਟਰੂਟ ਕੈਰਟ ਇਹ ਸਾਰੀਆਂ 2 ਸਾਲਾਂ ਫਸਲ ਹੈ ਠੀਕ ਹੈ ਅੱਗੇ ਚੱਲਨੇ ਆਪਾਂ ਅਗਲਾ ਕੁਐਸਚਨ ਹੈ ਵਿਚ ਵਨ ਅਮੰਗ ਥੀਸ ਰਿਕਵਾਇਰਸ ਦਾ ਪਰਿਪੇਟਰੀ ਟਿਲੇਜ ਇਨਾਂ ਵਿੱਚੋਂ ਕਿਹੜੀ ਫਸਲ ਹੈ ਜਿਸ ਨੂੰ ਪਰਿਪੇਟਰੀ ਟਿਲੇਜ ਦੀ ਜ਼ਰੂਰਤ ਪੈਂਦੀ ਹੈ ਕਿ ਇਨਾਂ ਵਿੱਚੋਂ ਕਿਹੜੀਆਂ ਫਸਲਾਂ ਦੀ ਤਿਆਰੀ ਲਈ ਕਾਸ਼ਤ ਦੀ ਕਾਸ਼ਤ ਦੀ ਲੋੜ ਹੁੰਦੀ ਹੈ ਯਾਨੀ ਕਿਹੜੀ ਫਸਲਾਂ ਦੀ ਤਿਆਰੀ ਲਈ ਪਹਿਲਾਂ ਤੁਹਾਨੂੰ ਜ਼ਮੀਨ ਤਿਆਰ ਕਰਨੀ ਪੈਂਦੀ ਹੈ ਤਾਂ ਤੁਹਾਡੇ ਕੋਲ ਆਪਸ਼ਨਸ ਹੈਗੇ ਆ ਪੋਟੈਟੋ ਟਬੈਕੂ ਰਾਈਸ ਤਾਂ ਤੁਹਾਨੂੰ ਤਿੰਨਾਂ ਫਸਲਾਂ ਵਾਸਤੇ ਆਲੂ ਤੰਬਾਕੂ ਤੇ ਚਾਵਲ ਤਿੰਨਾਂ ਵਾਸਤੇ ਹੀ ਤੁਹਾਨੂੰ ਪਹਿਲਾਂ ਕਾਸ਼ਤ ਦੀ ਲੋੜ है पा ऑप्शन की हो जाएगा डी ऑल अगले क्वेश्चन वाल वहाँ आप अगला क्वेश्चन है वेंट्री एंड क्रुएलिस कोज विच डिसीज़ इन एप्पल वेंट्री वेन्ट्रीआइना रुक काली, सेब विच सेबड़ी बीमारी पैदा करता है ये एक जो है एक सेब विच सेबड़ी बीमारी पैदा करता है तो इनका आंसर है स्कैब की आंसर है स्कैब तु थानूँ पता है आप कहने है ना कि सेबा मखी लागी तो वह कि बीमारी होंगी है ਕੈਬ ਅਗਲੇ ਕੁਐਸਚਨ ਵੱਲ ਵੱਧਦੇ ਹਾਂ ਆਪਾਂ ਅਗਲਾ ਕੁਐਸਚਨ ਹੈ ਬਿਟਰ ਰੋਟ ਇਨ ਐਪਲ ਕੌਜ਼ਡ ਬਾਈ ਸੇਬਾਂ ਵਿੱਚ ਕੋੜੀ ਸੜਨ ਦਾ ਕਾਰਨ ਕੀ ਹੈ ਸੇਬਾਂ ਵਿੱਚ ਕੋੜੀ ਸੜਨ ਦਾ ਕਾਰਨ ਕੀ ਹੈ ਤਾਂ ਇਸ ਦਾ ਜੋ ਆਨਸਰ ਹੋਗਾ ਉਹ ਹੋਗਾ ਗਲੋਮੇਰੀ ਸਿੰਗੂਲੇਟਾ ਠੀਕ ਹੈ ਸੇਬਾਂ ਵਿੱਚ ਕੋੜੀ ਸੜਨ ਕੌਣ ਪੈਦਾ ਕਰਦਾ ਹੈ ਗਲੋਮੇਰਾ ਸਿੰਗੂਲੇਟਾ ਅਸੀਂ ਸੇਬ ਦੇ ਦੋ ਕਾਰਕ ਦੋ ਰੋਗ ਵੇਖ ਲਿੱਤੇ ਹਨ ਕਿ ਇੱਕ ਤਾਂ ਹੈ ਬਿਟਰ ਰੋਟ ਮਤਲਬ ਸੇਬਾਂ ਵਿੱਚ ਕੋੜੀ ਸੜਨ ਪੈਦਾ ਕੌਣ ਕਰਦਾ ਹੈ ਇਹ ਹੈ ਸਾਡਾ ਗਲੋਮੈਰਾ ਸਿੰਗੂਲੇਟਾ ਤੇ ਇੱਕ ਅਸੀਂ ਕੁਐਸਚਨ ਪੜਿਆ ਹੈ ਮੈਨੂੰ ਟ੍ਰੀ ਆਇਨਾ ਰਕਵਾਲੀ ਇਹ ਸੇਬ ਵਿੱਚ ਕਿਹੜੀ ਬਿਮਾਰੀ ਪੈਦਾ ਕਰ ਦਿੰਦਾ ਅਸੀਂ ਕਵਾਂਗੇ ਸਕੈਪ ਤਾਂ ਤੁਹਾਨੂੰ ਕੁਐਸਚਨ ਨੂੰ ਐਵੇਂ ਕੁਐਸਚਨਸ ਨੂੰ ਐਵੇਂ ਰਿਲੇਟਡ ਕਰਕੇ ਯਾਦ ਕਰਨਾ ਇੱਕ ਦੂਜੇ ਨਾਲ ਜੋੜ ਕੇ ਯਾਦ ਕਰਨਾ ਕਿ ਅਸੀਂ ਸੇਬ ਵਾਲਾ ਪਹਿਲਾ ਕੁਐਸਚਨ ਕਿਹੜਾ ਪੜਿਆ ਸੀ ਤੇ ਹੁਣ ਅਸੀਂ ਕਿਹੜਾ ਪੜ ਰਹੇ ਹਾਂ ਠੀਕ ਹੈ ਅੱਗੇ ਵਧਿਏ ਉਸ ਤੋਂ ਪਹਿਲਾਂ ਫਿਰ ਤੁਹਾਨੂੰ ਯਾਦ ਕਰਵਾਵਾਂਗੇ ਕਿ ਅਗਰ ਤੁਹਾਨੂੰ ਕੋਈ ਵੀ ਟੈਸਟ ਪਰਚੇਸ ਕਰਨਾ ਹੈ ਤਾਂ ਤੁਸੀਂ www.testmafia.in ਤੇ ਜਾ ਕੇ ਪਰਚੇਸ ਕਰ ਸਕਦੇ ਹੋ ਉੱਥੇ ਤੁਹਾਨੂੰ ਸਿਰਫ ਔਰ ਸਿਰਫ 99 ਰੁਪੀਜ਼ ਵਿੱਚ ਟੈਸਟ ਮਿਲ ਜਾਏਗਾ ਇਸ ਵਾਸਤੇ ਤੁਹਾਨੂੰ ਇੱਕ ਕੂਪਨ ਕੋਡ ਲਗਾਉਣਾ ਪਏਗਾ ਕੂਪਨ ਕੋਡ ਹੈ T E S T ਟੈਸਟ ਟੈਸਟ ਕੂਪਨ ਕੋਡ ਲਗਾਓਗੇ ਤਾਂ ਤੁਹਾਨੂੰ 999 ਵਾਲਾ ਟੈਸਟ ਸਿਰਫਔਰ ਸਿਰਫ 99 ਪੇਜ ਤੋਂਨ ਮਿਲ ਜਾਣਗੇ ਤੇ ਨਾਲੇ ਇਸ ਪੀਡੀਐਫ ਨੂੰ ਵੀ ਜੇ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਆਨਲਾਈਨ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਸਾਡੇ ਟੈਲੀਗ੍ਰam ਲਿੰਕ ਨਾਲ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਉਹਦਾ ਲਿੰਕ ਦੇ ਰੱਖਿਆ ਹੈ ਤੁਸੀਂ ਉੱਥੇ ਜਾ ਕੇ ਤੇ ਉਸ ਤੇ ਜੁੜ ਸਕਦੇ ਹੋ ਨਾਲੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਆਦੇ ਦੋਸਤਾਂ ਨਾਲ ਤਾਂ ਕਿ ਸਭ ਨੂੰ ਇਸਦਾ ਫਾਇਦਾ ਮਿਲ ਸਕੇ ਅੱਗੇ ਵਧਨੇ ਹਾਂ अगला क्वेश्चन है द ओरिजन ऑफ फिंगर मिल्ट इज फिंगर मिल्ट ओरिजन कितने होया सीगा फिंगर मिल्ट यानी रागी दा मूल की है तो अस दसी दा मूल है इंडिया फिंगर मिल्ट मूल ओरिजन कितने है इंडिया अगले क्वेश्चन बदने अगला क्वेश्चन है हू डिस्कवर द डिशीज साइकिल रस्ट डिज इन इंडिया ठीक है ਭਾਰਤ ਵਿੱਚ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕਿਸ ਨੇ ਕੀਤੀ ਸੀ ਜੰਗ ਲੱਗ ਜਾਂਦੀ ਹੈ ਜੋ ਫਸਲਾਂ ਹੁੰਦੇ ਉੱਤੇ ਜੰਗ ਲੱਗ ਜਾਂਦੀ ਹੈ ਕਾਲੇ ਰੰਗ ਦੀ ਪੀਲੇ ਰੰਗ ਦੀ ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਫਸਲਾਂ ਤੇ ਲੱਗਦੀ ਹੈ ਤਾਂ ਕਹਿ ਰਿਹਾ ਕਿ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਇਸ ਦਾ ਆਨਸਰ ਹੈ ਕੇ ਸੀ ਮਹਿਤਾ ਕਿਸ ਨੇ ਕੀਤੀ ਸੀ ਕੇ ਸੀ ਮਹਿਤਾ ਤਾਂ ਤੁਹਾਨੂੰ ਯਾਦ ਰੱਖਣਾ ਹੈ ਕਿ ਇੰਡੀਆ ਦੇ ਵਿੱਚ ਭਾਰਤ ਵਿੱਚ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕਿਸ ਨੇ ਕੀਤੀ ਸੀਗੀ ਕੇ ਸੀ ਮਹਿਤਾ ਅਗਲਾ ਕੁਐਸਚਨ ਹੈ ਕਣਕ ਵਿੱਚ ਪੂਰੀ ਜੰਗਾਲ ਜਾਂ ਪੱਤੇ ਦੀ ਜੰਗਾਲ ਕਣਕ ਵਿੱਚ ਪੂਰੀ ਜੰਗਾਲ ਜਾਂ ਪੱਤੇ ਦੀ ਜੰਗਾਲ ਕਿਸ ਕਾਰਨ ਹੁੰਦੀ ਹੈ ਬ੍ਰਾਊਨ ਰਸਟ ਔਰ ਲੀਫ ਰਸਟ ਇਨ ਵੀਟ ਇਸ ਕੌਜ਼ਡ ਬਾਈ ਕਿਸ ਦੇ ਕਾਰਨ ਹੁੰਦੀ ਹੈ ਤਾਂ ਇਸ ਦਾ ਆਨਸਰ ਹੈ ਕਿਉਕੀ ਕਿਉਕਿਨੀ ਐਰਾਕੌਂਡੀਟਾ ਕਿਉਕਿਨੀਆ ਰਿਕੰਡੀਟਾ ਕੀ ਆਏਗਾ ਆਨਸਰ ਕਿਉਕਿਨੀਆ ਰਿਕੰਡੀਟਾ ਇਸ ਨੂੰ ਤੁਸੀਂ ਦੋ ਸਿਲੇਬਲ ਚ ਪੜੋਗੇ ਪਿਉਕੀਨੀਆ ਇਸ ਤੋਂ ਬਾਅਦ ਹੈਗਾ ਰੀਕੰਡਿਟਾ ਤਾਂ ਕਨਕ ਵਿੱਚ ਪੂਰੀ ਜੰਗਾਲ ਜਾਂ ਪੱਤੇ ਦੀ ਜੰਗਾਲ ਕਿਸ ਕਾਰਨ ਹੁੰਦੀ ਹੈ ਪਿਉਕੀਨੀਆ ਰੀਕੰਡਿਟਾ ਦੇ ਦੁਆਰਾ ਹੁੰਦੀ ਹੈ ਇਹ ਕਾਰਕ ਕਨਕ ਵਿੱਚ ਪੂਰੀ ਜੰਗਾਲ ਜਾਂ ਪੱਤੇ ਦੀ ਜੰਗਾਲ ਲਿਆਂਦਾ ਹੈ ਅਗਲਾ ਕੁਐਸਚਨ ਹੈ ਚੀਕਨੀ ਮਿੱਟੀ ਲਈ ਕਿਹੜੀ ਡਰੇਨੇਜ ਸਿਸਟਮ ਟੁਕਵੀਆਂ ਹਨ ਵਿਚ ਡਰੇਨੇਜ ਯਾ ਵਿਚ ਟ੍ਰੇਨਸ ਇਸ ਸੂਟੇਬਲ ਫੋਰ ਕਲੇ ਸੋਇਲ ਜਿਹੜੀ ਚੀਕਣੀ ਮਿੱਟੀ ਹੁੰਦੀ ਹੈ ਉਸ ਉਸ ਤੇ ਅਗਰ ਅਸੀਂ ਪਾਣੀ ਉਸ ਨੂੰ ਪਾਣੀ ਦੇਣਾ ਚਾਹੁੰਨੇ ਆ ਤਾਂ ਕਿਹੜੇ ਸਿਸਟਮ ਨਾਲ ਪਾਣੀ ਦੇਣਾ ਜ਼ਿਆਦਾ ਵਧੀਆ ਰਹੇਗਾ ਤਾਂ ਉਹ ਹੈ ਸਾਡਾ ਮੋਲ ਡレイン ਕਿਹੜਾ ਸਿਸਟਮ ਵਧੀਆ ਰਹੇਗਾ ਮੋਲ ਡレイン ਅਗਲਾ ਕੁਸ਼ਨ ਹੈ ਸਾਡਾ ਕੈਜ਼ੂਅਲ एजੈਂਟ ਆਫ ਸਮਟ ਜਨਰਲੀ ਓਵਰ ਵਿంటర్ ਇਨ ਕੂੜ ਦਾ ਕਾਰਕ ਏਜੈਂਟ ਆਮ ਤੌਰ ਤੇ ਸਰਦੀਆਂ ਵਿੱਚ ਹੁੰਦਾ ਹੈ ਸਰਦੀਆਂ ਵਿੱਚ ਕੂੜ ਦਾ ਕਾਰਕ ਕਿੰਦੇ ਵਿੱਚ ਹੁੰਦਾ ਹੈ ਕੂੜੀਆਂ ਨਹੀਂ ਮਹਿਲ ਮਹਿਲ ਦਾ ਕਾਰਕ ਸਰਦੀਆਂ ਵਿੱਚ ਕਿਸ ਵਿੱਚ ਜ਼ਿਆਦਾ ਹੁੰਦਾ ਹੈ ਤਾਂ ਆਪਸ਼ਨਸ ਸਾਡੇ ਸੋਇਲ ਪਲਾਂਟ ਡੈਬ੍ਰਿਸ ਇਨ ਸੀਡ ਐਸ ਟੈਲੀਓਸਪੋਰਸ ਜਾਂ 올 ਤਾਂ ਸਾਡਾ ਆਨਸਰ ਹੋਏਗਾ 올 ਸਭ ਦੇ ਵਿੱਚ ਹੁੰਦਾ ਹੈ ਸਰਦੀਆਂ ਵਿੱਚ ਸਮਟ ਦਾ ਜਿਹੜਾ ਏਜੰਟ ਹੈ ਜਾਂ ਮਹਿਲ ਦਾ ਜਿਹੜਾ ਏਜੰਟ ਹੈ ਜਾਂ ਅਸੀਂ ਕਵਾਂਗੇ ਕੂੜ ਦਾ ਜਿਹੜਾ ਏਜੰਟ ਹੈ ਉਹ ਸੋਇਲ ਵਿੱਚ ਵੀ ਹੁੰਦਾ ਹੈ ਪਲਾਂਟ ਡੈਬ੍ਰਿਸ ਵਿੱਚ ਵੀ ਹੁੰਦਾ ਹੈ ਤੇ ਇਨ ਸੀਡ ਵਿੱਚ ਵੀ ਹੁੰਦਾ ਹੈ ਟੈਲੀਓ ਪਾਰਸ ਦੀ ਫਾਰਮ ਵਿੱਚ ਤਾਂ ਸਾਡਾ ਉੱਤਰ ਹੋਏਗਾ 올 ਯਾਨੀ ਸਾਰੇ ਦੇ ਸਾਰੇ ਅੱਗੇ ਵਧਦੇ ਹਾਂ ਉਸ ਤੋਂ ਪਹਿਲਾਂ ਫਿਰ ਤੁਹਾਨੂੰ ਕਹਿ ਰਹੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਨਾਲੇ ਸ਼ੇਅਰ ਕਰੋ ਆਪਦੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਇਸ ਦਾ ਫਾਇਦਾ ਮਿਲ ਸਕੇ ਤੇ ਵੀਡੀਓ ਤੁਸੀ ਅੱਗੇ ਤੋਂ ਅੱਗੇ ਪਹੁੰਚਾਓ ਅਗਲਾ ਕੁਐਸਚਨ ਹੈ ਸਾਡਾ ਟੋਕ E25 ਇਸ ਦਾ ਟਰੇਡਮਾਰਕ ਟ੍ਰੇਡ ਨੇਮ ਆਫ ਟੋਕ E25 ਕਿਸਦਾ ਵਪਾਰਕ ਨਾਮ ਹੈ ਟੋਕ E25 ਕਿਸਦਾ ਵਪਾਰਕ ਨਾਮ ਹੈ ਤਾਂ ਸਾਡਾ ਉੱਤਰ ਹੋਏਗਾ ਨਿਟਰੋਫੈਨ ਟੋਕ E25 ਕਿੰਨੂੰ ਕਹਿੰਦੇ ਹਨ ਨਿਟਰੋਫੈਨ ਨੂੰ ਕਹਿੰਦੇ ਹਨ ਇਹ ਬਹੁਤ ਇੰਪੋਰਟੈਂਟ ਕੁਐਸਚਨਸ ਹੈ ਤੁਸੀਂ ਇਸ ਨੂੰ ਅਗਰ ਯਾਦ ਕਰ ਲੈਂਦੇ ਹੋ ਤਾਂ ਤੁਹਾਨੂੰ ਤੁਹਾਡੇ ਪੇਪਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਆਪਾਂ ਤੁਹਾਨੂੰ ਰੈਗੂਲਰ ਕਲਾਸਿਸ ਦਵਾਂਗੇ ਅੱਜ ਆਪਣੀ ਇਸ ਦੀ ਪਹਿਲੀ ਕਲਾਸ ਹੈ ਤੇ ਤੁਹਾਨੂੰ ਡੇਲੀ ਇਹਨਾਂ ਦੀ ਕਲਾਸਿਸ ਮਿਲੇਗੀ ਤਾਂ ਤੁਸੀਂ ਚੈਨਲ ਨਾਲ ਜੁੜ ਜਾਓ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਅਗਲਾ ਕੁਐਸਚਨ ਹੈ ਗ੍ਰੇਸ ਪੈਕਸ ਆਫ ਆਡਸ ਇਸ ਡਿਊ ਟੂ ਡੈਫੀਸ਼ੀਐਂਸੀ ਆ ਜਵੀ ਤੇ ਜੋ ਸਲੇਟੀ ਚਟਾਕ ਹੁੰਦੇ ਹਨ ਉਹ ਕਿਸ ਦੀ ਕਮੀ ਦੇ ਕਾਰਨ ਹੁੰਦੇ ਹਨ ग्रे स्पेक्स ऑफ ओट्स इज ड्यू टू डेफिशिएंसी ऑफ तो इज द आंसर होएगा ਸਾਡਾ ਮੈਗਨੀਜ਼ Mn मैगनीज ਨੂੰ ਕਿਸ ਨੇ ਕਿਸ ਨੇ ਆਪਾਂ ਪ੍ਰਦਰਸ਼ਿਤ ਕਰਦੇ ਆ Mn ਨਾਲ ਤਾਂ ਗਰੇ ਸਪੈਕਸ ਆਫ ओट्स इज ड्यू टू डेफिशिएंसी ऑफ Mn ਜਬ ਹੀ ਤੇ ਜਿਹੜੇ ਸਲੇਟੀ ਚਟਾਕ ਪੈ ਜਾਂਦੇ ਹਨ ਉਹ ਕਿਸ ਦੀ ਕਮੀ ਦੇ ਕਾਰਨ ਹੁੰਦੇ ਹਨ ਉਹ ਹੁੰਦੇ ਹਨ ਮੈਗਨੀਜ਼ ਦੀ ਕਮੀ ਦੇ ਕਾਰਨ ਅਗਲਾ ਕੁਐਸਚਨ ਹੈ ਸਾਡਾ ਦਾ ਅਮਾਉਂਟ ਆਫ ਲੌਨ ਇਸ 기ਵਨ ਫੋਰ ਦਾ ਲਾਈਫ ਸਟਾਕ ਇਸ ਅ ਟਾਈਪ ਆਫ ਪਸ਼ੂਆਂ ਲਈ ਜੋ ਕਰਜ਼ਾ ਦਿੱਤਾ ਜਾਂਦਾ ਆਪਾਂ ਪਸ਼ੂ ਖਰੀਦਣ ਲਈ ਜਾਂ ਪਸ਼ੂਆਂ ਦਾ ਕੰਮ ਕਰਨ ਲਈ ਜਿਹੜਾ ਕਰਜ਼ਾ ਲੈਣੇ ਹਨ ਉਹ ਕਿਸ ਤਰ੍ਹਾਂ ਦਾ ਕਰਜ਼ਾ ਹੁੰਦਾ ਹੈ ਤੇ ਉਸ ਨੂੰ ਅਸੀਂ ਬੋਲਦੇ ਹਾਂ ਮੀਡੀਅਮ ਟਰਮ ਲੋਨ ਕੀ ਬੋਲਦੇ ਹਾਂ ਉਸ ਨੂੰ ਮੀਡੀਅਮ ਟਰਮ ਲੋਨ ਅੱਗੇ ਵੱਧਦੇ ਹਾਂ ਅਸੀਂ ਅਗਲਾ ਕੁਐਸਚਨ ਹੈ ਸਾਡਾ ਹਾਈਐਸਟ ਐਜੂਕੇਸ਼ਨ ਬਾਈ ਕੈਨਲ ਹੈਪਨਸ ਇਨ ਵਿਚ ਸਟੇਟ ਜੋ ਨਹਿਰਾਂ ਦੁਆਰਾ ਸਭ ਤੋਂ ਜ਼ਿਆਦਾ ਸਿੰਚਾਈ ਕਿਹੜੇ ਰਾਜ ਕਿਹੜੇ ਰਾਜ ਵਿੱਚ ਹੁੰਦੀ ਹੈ ਕਿਹੜੀ ਸਟੇਟ ਵਿੱਚ ਸਭ ਤੋਂ ਜ਼ਿਆਦਾ ਸਿੰਚਾਈ ਨਹਿਰਾਂ ਨਾਲ ਕੀਤੀ ਜਾਂਦੀ ਹੈ ਤਾਂ ਉਸ ਦਾ ਸਾਡਾ ਆਨਸਰ ਹੈ ਸਾਡਾ ਪਿਆਰਾ ਪੰਜਾਬ ਪੰਜਾਬ ਵਿੱਚ ਜੋ ਸਭ ਤੋਂ ਜ਼ਿਆਦਾ ਸਿੰਚਾਈ ਹੁੰਦੀ ਹੈ ਉਹ ਨਹਿਰਾਂ ਨਾਲ ਕੀਤੀ ਜਾਂਦੀ ਹੈ ਅਗਲਾ ਕੁਐਸਚਨ ਹੈ ਵਾਈਟ ਰਸਟ ਇਨ ਮਸਟਰਡ ਐਂਡ ਰੈਪਸੀਡ ਇਸ ਕਾਜ਼ਡ ਬਾਈ ਜਿਹੜੇ ਸਰੋਂ ਤੇ ਰੈਪਸੀਡ ਵਿੱਚ ਚਿੱਟੀ ਜੰਗਾਲ ਲੱਗ ਜਾਂਦੇ ਹਨ ਸਰੋਂ ਤੇ ਰੈਪਸੀਡ ਵਿੱਚ ਚਿੱਟੀ ਜੰਗਾਲ ਲੱਗ ਜਾਂਦੀ ਹੈ ਉਹ ਕਿਸ ਕਾਰਨ ਲੱਗਦੀ ਹੈ ਵਾਈਟ ਰਸਟ ਇਨ ਮਸਟਰਡ ਐਂਡ ਰੈਪਸੀਡ ਇਸ ਕੋਜ਼ਡ ਬਾਈ ਤਾਂ ਇਹ ਲੱਗਦੀ ਹੈ ਸਾਡੀ ਐਲਬੂਗੋ ਕੈਂਡੀਡਾ ਕਿੰਦੇ ਕਰਕੇ ਲੱਗਦੀ ਹੈ ਐਲਬੂਗੋ ਕੈਂਡੀਡਾ ਇਹ ਤੁਹਾਨੂੰ ਯਾਦ ਰੱਖਣੇ ਆ ਕਿ ਕਿਸ ਫਸਲ ਵਿੱਚ ਕਿਸ ਤਰ੍ਹਾਂ ਦੀ ਜੰਗਾਲ ਕਿਹੜੇ ਕਾਰਨ ਲੱਗਦੀਆਂ ਇਹ ਕੁਐਸਚਨਸ ਬਹੁਤ ਇੰਪੋਰਟੈਂਟ ਹਨ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਰਿਵਾਈਜ਼ ਕਰਦੇ ਰਹੋ ਨਾਲ ਨਾਲ ਰੋਜ਼ ਦੀ ਕਲਾਸਿਸ 15-15 ਕੁਐਸਚਨ ਹੈ ਡੇਲੀ ਯਾਦ ਕਰਦੇ ਰੋਗੇ ਤਾਂ ਤੁਹਾਨੂੰ ਛੇਤੀ ਯਾਦ ਹੋ ਜਾਣਗੇ ਤਾਂ ਆਪਾਂ ਦੁਬਾਰਾ ਕੁਐਸਚਨ ਰਿਪੀਟ ਕਰਦੇ ਆ ਵਾਈਟ ਰਸਟ ਇਨ ਮਸਟਰਡ ਐਂਡ ਰੈਪਸੀਡ ਇਸ ਕੌਜ਼ਡ ਬਾਈ ਸਰਵ ਅਤੇ ਰੈਪਸੀਡ ਵਿੱਚ ਚਿੱਟੀ ਜੰਗਾਲ ਕਿਸ ਕਾਰਨ ਹੁੰਦੀ ਹੈ ਇਹ ਹੁੰਦੀ ਹੈ ਐਲਬੀਗੋ ਕੈਂਡੀਡਾ ਅਗਲਾ ਕੁਐਸਚਨ ਹੈ ਸਾਡਾ ਫਾਦਰ ਆਫ ਐਗਰੋਨਮੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਖੇਤੀ ਵਿਗਿਆਨ ਦਾ ਪਿਤਾ ਕੌਣ ਹੈ ਤਾਂ ਸਾਡਾ ਜੋ ਖੇਤੀ ਵਿਗਿਆਨ ਦਾ ਪਿਤਾ ਹੈ ਉਹ ਹੈ ਪੀਟਰ ਡਿਕਰੇਸੈਂਜੀ ਇਹ ਡੀਅਰਸੈਂਜੀ ਨਹੀਂ ਹੈ ਡੀ ਈ ਸੀ ਆਰ ਈ ਡਿਕਰੇਸੈਂਜੀ ਪ੍ਰਿੰਟਿੰਗ ਮਿਸਟੇਕ ਹੈ ਤਾਂ ਕੀ ਹੈ ਖੇਤੀ ਵਿਗਿਆਨ ਦਾ ਪਿਤਾ ਕੌਣ ਹੈ ਪੈ ਪੀਟਰ ਡਿਕਰੇਸੈਂਜੀ ਸਾਨੂੰ ਯਾਦ ਕਰ ਲੈਣਾ ਹੈ ਖੇਤੀ ਵਿਗਿਆਨ ਦਾ ਪਿਤਾ ਕੌਣ ਹੈ ਪੀਟਰ ਡਿਕਰੇਸੈਂਜੀ ਇਹ ਸੀ ਸਾਡੇ ਅੱਜ ਦੇ ਕੁਸ਼ਚਨ ਆਪਾਂ ਇੱਕ ਵਾਰੀ ਫਿਰ ਰਿਪੀਟ ਕਰ ਲੈਂਦੇ ਹਾਂ ਕੁਸ਼ਚਨ ਨੂੰ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣ ਤਾਂ ਸਾਡਾ ਪਹਿਲਾ ਕੁਸ਼ਚਨ ਸੀਗਾ ਵਿਚ ਵਨ ਅਮੰਗ ਦੀਜ ਇਜ਼ ਨੋਟ ਅ ਬਾਈਐਨਲ ਕਰੋਪ दो साल फसल नहीं है तो सांसर शुगर केन शुगर केन दो साल फसल नहीं है अगला क्वेश्चन विच क्रॉप अमंग दीज रिक्वायर द प्रिपेटरी टीलेज किस वास्ते पहला काशत की लड़ पे किसल वास्ते तिना वास्ते पटेटो टबैकू और रईस तिना वास्ते काशत की लड़ पी है अगला क्वेश्चन है साडा बंटूरी आरी नारक ਕਾਲੀ ਸੇਬ ਵਿੱਚ ਕਿਹੜੀ ਬਿਮਾਰੀ ਪੈਦਾ ਕਰਦਾ ਹੈ ਵੈਂਟੂਰੀ ਐਂਕੋਰਲਿਸ ਇਹ ਸੇਬਾਂ ਵਿੱਚ ਕਿਹੜੀ ਬਿਮਾਰੀ ਪੈਦਾ ਕਰਦਾ ਹੈ ਤਾਂ ਆਸੀ ਕਿਆਸੀ ਸਕੈਪ ਯਾਨੀ ਜਿਹੜੀ ਆਪ ਕਹਿੰਦੇ ਆ ਕਿ ਸੇਬਾ ਤੇ ਮੱਖੀ ਲੱਗ ਚੁੱਕੀ ਹੈ ਅਗਲਾ ਕੁਐਸਚਨ ਸੀਗਾ ਕਿ ਬਿਟਰ ਰੋਟ ਜਿਹੜਾ ਹੁੰਦਾ ਹੈ ਸੇਬਾ ਵਿੱਚ ਬਿਮਾਰੀ ਹੈ ਬਿਟਰ ਰੋਟ ਮਤਲਬ ਕੋੜੀ ਸੜਨ ਇਹ ਕਿਸ ਕਾਰਨ ਹੁੰਦੀ ਹੈ ਇਹ ਹੁੰਦੀ ਹੈ ਗਲੋਮੈਰਾ ਸਿੰਗੂ ਲੇਟਾ ਅਗਲਾ ਕੁਐਸਚਨ ਸੀਗਾ origin of finger millet ਰਾਗੀ ਦਾ ਉਤਪਤੀ ਯਾ ਰਾਗੀ ਦਾ ਮੂਲ ਕੀ ਹੈ ਰਾਗੀ ਦਾ ਮੂਲ ਹੈ ਇੰਡੀਆ ਅਗਲਾ ਕੁਐਸਚਨ ਹੈ ਕਿਸ ਨੇ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕੀਤੀ ਸੀ ਇੰਡੀਆ ਵਿੱਚ ਭਾਰਤ ਵਿੱਚ ਕਿਸ ਨੇ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕੀਤੀ ਸੀ ਤਾਂ ਉਸ ਦਾ ਨਾਮ ਸੀਗਾ ਕੇਸੀ ਮਹਿਤਾ ਜੰਗਾਲ ਰੋਗ ਦੇ ਰੋਗ ਚੱਕਰ ਦੀ ਖੋਜ ਕੀਤੀ ਸੀ ਕੇਸੀ ਮਹਿਤਾ ਨੇ ਠੀਕ ਹੈ ਤੇ ਆਪਾਂ ਕਹੀਏ ਕਿ ਖੇਤੀ ਵਿਗਿਆਨ ਦਾ ਪਿਤਾ ਕੌਣ ਸੀਗਾ ਪੀਟਰ ਡਿਕਰੇ ਸਿੰਜਿਆ ਅਗਲਾ ਕੁਐਸਚਨ ਹੈ ਕਣਕ ਵਿੱਚ ਪੂਰੀ ਜੰਗਾਲ ਜਾਂ ਪੱਤੇ ਦੀ ਜੰਗਾਲ ਕਿਸ ਕਾਰਨ ਨੇ ਦੇਖੋ ਜੰਗਾਲ ਵਾਲੇ ਦੋ ਕੁਐਸਚਨ ਆ ਚੁੱਕੇ ਹਨ ਤਾਂ ਤੁਸੀਂ ਇਸ ਨੂੰ ਰਿਲੇਟ ਕਰਕੇ ਯਾਦ ਕਰਨਾ ਹੈ ਤਾਂ ਕਨਕ ਵਿੱਚ ਜਿਹੜੀ ਪੂਰੀ ਜੰਗਾਲ ਲੱਗਦੀ ਹੈ ਜੋ ਪੱਤੇ ਦੀ ਜੰਗਾਲ ਲੱਗਦੀ ਹੈ ਇਹ ਕਿਸ ਕਾਰਨ ਹੁੰਦੀ ਹੈ ਇਹ ਹੁੰਦੀ ਹੈ ਪਿਉਕੀਨੀਆ ਐਰਾਕੌਂਟੇ ਡਿਟਾ ਪਿਉਕੀਨੀਆ ਰੀਕੌਂਟੇਟਾ ਅਗਲਾ ਕੁਐਸਚਨ ਹੈ ਚਿਕਨੀ ਮਿੱਟੀ ਲਈ ਕਿਹੜਾ ਡਰੇਨੇਜ ਸਿਸਟਮ ਵਧੀਆ ਰਹਿੰਦਾ ਹੈ ਤਾਂ ਉਹ ਹੈ ਸਾਡਾ ਮੋਲ ਡਰੇਨ ਨੈਕਸਟ ਕੁਐਸਚਨ ਕੂੜ ਦਾ ਜਿਹੜਾ ਕਾਰਕ ਹੈ ਉਹ ਸਰਦੀਆਂ ਵਿੱਚ ਕਿਸ ਕਿਸ ਵਿੱਚ ਹੁੰਦਾ ਹੈ ਸਮਟ ਜਿਹੜਾ ਸਮਟ ਦਾ ਜਿਹੜਾ ਏਜੰਟ ਹੈ ਉਹ ਕਿਸ ਵਿੱਚ ਹੁੰਦਾ ਹੈ ਇਹ ਹੁੰਦਾ ਹੈ ਸੋਇਲ ਵਿੱਚ ਪਲਾਂਟ ਡੈਬ੍ਰਿਸ ਇਨ ਸੀਡ ਵਿੱਚ ਟੈਲੀਓਸਪੋਰਸ ਦੀ ਫਾਰਮ ਵਿੱਚ ਤਾਂ ਆ ਸਾਡਾ ਉੱਤਰ ਹੋਏਗਾ 올 ਯਾਨੀ ਸਾਰੇ ਦੇ ਸਾਰੇ ਅਗਲਾ ਕੁਐਸਚਨ ਸੀਗਾ ਟੋਕ E25 ਕਿਸ ਦਾ ਵਿਆਪਕ ਵਪਾਰਕ ਨਾਮ ਹੈ ਤਾਂ ਇਹ ਹੈ ਨਿਟਰੋਫੈਨ ਦਾ ਜਵੀ ਤੇ ਜਿਹੜੀ ਸਲੇਟੀ ਚਟਾਕ ਹੁੰਦੇ ਉਹ ਕਿਸ ਦੀ ਕਮੀ ਦੇ ਕਾਰਨ ਹੁੰਦੇ ਨੇ ਉਹ ਹੁੰਦੇ ਨੇ ਮੈਗਨੀਜ਼ੀਅਮ ਕਮੀ ਦੇ ਕਾਰਨ ਅਗਲਾ ਕੁਐਸਚਨ ਸੀਗਾ ਪਸ਼ੂਆਂ ਲਈ ਜੋ ਕਰਜ਼ਾ ਦਿੱਤਾ ਜਾਂਦਾ ਉਹ ਕਿਸ ਕਿਸਮ ਦਾ ਹੁੰਦਾ ਆਉਂਦਾ ਹੈ ਮੀਡੀਅਮ ਟਰਮ ਲੋਨ ਨੈਕਸਟ ਕੁਐਸਚਨ ਨਹਿਰ ਦੁਆਰਾ ਸਭ ਤੋਂ ਵੱਧ ਸਿੰਚਾਈ ਕਿਸ ਰਾਜ ਕਿਸ ਰਾਜੇ ਵਿੱਚ ਹੁੰਦੀ ਹੈ ਉਹ ਹੁੰਦੀ ਹੈ ਪੰਜਾਬ ਵਿੱਚ ਅੱਗੇ ਸਰੋ ਅਤੇ ਰੈਪਸੀਡ ਵਿੱਚ ਚਿੱਟੀ ਝੰਗਾਲ ਕਿਸ ਕਾਰਨ ਹੁੰਦੀ ਹੈ ਉਹ ਹੁੰਦੀ ਹੈ ਐਲਬੂਗੋ ਕੈਂਡੀਡਾ ਠੀਕ ਹੈ ਤੇ ਲਾਸਟ ਕੁਐਸਚਨ ਹੈ ਸਾਡਾ ਖੇਤੀ ਵਿਗਿਆਨ ਦਾ ਪਿਤਾ ਕੌਣ ਹੈ ਪੀਟਰ ਡਿਕਰੇਸਨ ਜੀ ਠੀਕ ਹੈ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾ ਭੁੱਲਣਾ ਸਾਡੀ ਜਿਹੜੀ ਆਨਲਾਈਨ ਵੈੱਬਸਾਈਟ ਹੈ testmafia.in ਕੀ ਨਾਮ ਹੈ ਵੈੱਬਸਾਈਟ ਦਾ testmafia.in www.testmafia.in ਤਾਂ ਤੁਸੀਂ ਇਸ ਆ ویب سائٹ ਤੇ ਜਰੂਰ ਜਾਓ ਪੀਡੀਐਫ ਨੂੰ ਡਾਊਨਲੋਡ ਕਰੋ ਇਹਨਾਂ ਕੁਸ਼ਨਾ ਨੂੰ ਯਾਦ ਕਰੋ ਜੋ ਕਿ ਤੁਹਾਡੇ ਪੇਪਰ ਵਿੱਚ ਬਹੁਤ ਹੈਲਪ ਕਰਨਗੇ ਤੇ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਮਿਲਦੇ ਹਾਂ ਨੈਕਸਟ ਕਲਾਸ ਵਿੱਚ ਉਦੋਂ ਤੱਕਨ ਥੈਂਕ ਯੂ ਬਾਏ ਬਾਏ ਚੇਕ ਕੇਅਰ